ਦਾ ਫੋਨ? ਹਾਂ ਜੀ ਠੀਕ ਠਾਕ ਵਧੀਆ ਸਭ। ਤੂੰ ਸੁਣਾ ਆਇਆ ਸਰਵਣ ਦਾ ਫੋਨ? ਹਾਂ ਆਇਆ ਠੀਕ ਠਾਕ। ਕੀ ਆਇਆ ਠੀਕ ਠਾਕ ਵਧੀਆ। ਭਾਜੀ ਦੂਜੇ ਦਾ ਕਿੱਦਾਂ? ਠੀਕ ਠਾਕ ਉਹ ਵੀ ਵਧੀਆ। ਹਾਂ ਮੀਂਹ ਬੜਾ ਪੈ ਗਿਆ ਵਾ ਤੇ। ਆਹੋ ਕਿ ਮੀਂਹ ਪਿਆ ਕਰਕੇ ਸਾਡਾ ਦਾਲ ਆ ਗਿਆ ਹੁਣ ਦਾ। ਫੇਰ ਤਾਂ ਨਹੀਂ ਬੈਠੇ ਤੇ ਮੇਰੇ ਬੈਠੇ ਬੈਠੇ ਚ ਆਇਆ। ਮੈਂ ਕਿਹਾ ਹੈ ਕਿੰਨਾ ਚਿਰ ਹੋਇਆ ਆਈਆਂ ਨਹੀਂ ਆ। ਤੇ ਤੇਰੀ ਭੂਆ ਉਹਨਾਂ ਨੂੰ ਕਹਿੰਦੇ ਵੀ ਆਓ ਨਾ, ਨਾਲੇ ਹੁਣ ਮੀਂਹ ਮੈਨੂੰ ਪਤਾ ਹੀ ਪਤਾ ਵੀ ਕੰਮ ਤਾਂ ਦੇ ਦੇਣੇ ਆ, ਨਹੀਂ ਆਇਆ ਜਾਣਾ। ਪਰ ਮੈਂ ਹੁਣ ਮੀਂਹ ਦੇ ਵਿੱਚ ਪੈਣੀਆਂ ਪੂਰੀਆਂ ਵੀ ਪੱਤਰ ਨਹੀਂ ਅਜੇ ਆਈਆਂ ਹੋਣੀਆਂ। ਤੇ ਉਹ ਤੁਹਾਡਾ ਫੋਨ ਆਇਆ ਤੇ ਫਿਰ ਮੈਂ ਦੀਪ ਨੂੰ ਆਇਆ ਤਕਾਲੀ। ਮੈਂ ਕਿਹਾ ਦੀਪ ਇਦਾਂ ਮਾਮੀ ਤੇਰੀ ਦਾ ਫੋਨ ਆਇਆ, ਆਂਦਾ ਮੰਮੀ ਚਲ ਜਾਂਦੇ ਹੁਣ ਕਿਹੜਾ ਦੋ ਦਿਨ ਪੈ ਗਏ ਤੇ ਕੋਈ ਕੰਮ ਨਹੀਂ ਹੋਣਾ, ਨਾ ਤੂੜੀ ਵੜਨੀ ਆ ਨਾ ਕੋਈ ਕਣਕ ਪੱਠੇ ਦਾ ਕੋਈ ਕੰਮ ਹੋਣਾ। ਚੱਲ ਆਪਾਂ ਹੋਰ ਹੀ ਆਪਣੇ ਇੱਕ ਰਾਤ ਰਹਿ ਆਉਂਦੇ, ਚੱਲ ਜਾਦਾ ਜੀ ਤੇ ਫੇਰ ਚੱਲ ਜਾਵਾਂਗੇ। ਕਿੱਦਾਂ ਦੀਪ ਵੱਡੀ ਵੱਡੀ ਤੇ ਨਹੀਂ ਪਈ? ਨਹੀਂ ਅਜੇ ਨਹੀਂ ਮਾਮੀ ਜੀ, ਇੱਕ ਤੇ ਮੀਂਹ ਕੇ ਬੜੇ ਲੱਗਣ ਦੇਣ ਦਿਆ, ਇੱਕ ਮੰਡੀਆਂ ਜਿਹੜਾ ਰਾਸ਼ ਹੋਇਆ ਸਰਕਾਰਾਂ ਕਣਕਾਂ ਚ ਫੰਡ ਨਹੀਂ। ਚਲ ਮਿਹਨਤ ਕਰਦੇ ਆ ਪਰ ਇਹ ਕਿ ਰੱਬ ਵੀ ਚੱਲ ਬੰਦੇ ਦੇ ਕਰੋਪ ਹੋਏ, ਰੱਬ ਵੀ ਹੋਇਆ ਵਾ ਤੇ। ਹਾਂਜੀ ਹਾਂਜੀ ਹਾਂ ਚੱਲ ਵਧੀਆ ਭਰਾ। ਹਾਂ ਚਲੋ ਜੋ ਰੱਬ ਨੂੰ ਮਨਜ਼ੂਰ। ਮੰਮੀ ਜੀ ਚਾਹ ਬਣਾ ਲਿਆ ਉਹ? ਹਾਂ ਨਹੀਂ ਮੈਂ ਚੱਲੀ ਆ, ਮੈਂ ਤੇ ਵਾਜੀ ਖੁਸ਼ੀ ਤੇ ਪੁੱਛ ਲੈ। ਕੋਈ ਨਹੀਂ ਕੋਈ ਨਹੀਂ, ਇਹਦੇ ਕੀਤੇ ਦਾ ਚਾਹ ਤੇ ਪਿਉਣੀ ਆ, ਰੌਣਕ ਲੱਗ ਗਈ ਘਰ ਭਰ ਗਿਆ। ਹਾਂ ਸੱਚੀ ਦਿਲ ਜੇ ਨਾ ਲੱਗੇ। ਹਾਂ ਮੈਂ ਕਿਹਾ ਇਹ ਦੇ ਬੜਾ ਦਿਲ ਕਰਨ ਡਿਆ ਮਿਲਣ ਨੂੰ, ਕਿੰਨਾ ਚਿਰ ਹੋ ਗਿਆ ਵਾ। ਮੈਂ ਫੜਾਈ ਨਾਲ ਤਲਾਕ ਹੋ ਗਿਆ। ਮੈਂ ਮਾਰੋ ਗੱਪ ਛੱਪ ਤੁਸੀਂ ਨੋਦ। ਹਾਂਜੀ ਮੈਨੂੰ ਸੱਚ ਇੱਤਾ ਹੀ ਨਹੀਂ ਆ, ਮੈਂ ਤਾਂ ਗੁਰਸ਼ਰ ਨੂੰ ਭੇਜਿਆ ਵਾ ਸਪਰਿੰਗ ਰੋਲ ਲੈਣ ਤੇ। ਮੈਂ ਆਖਿਆ ਸੀ ਨਾ ਵੀ ਪਕੌੜੇ ਘਰੇ ਕੱਢ ਲੈਂਦੇ ਆ, ਕਹਿੰਦਾ ਪਕੌੜੇ ਸਵੇਰੇ ਕੱਢ ਲਿਆ ਤੇ ਸਪਰਿੰਗ ਰੋਲ, ਉਹਨੂੰ ਤਾਂ ਆਪਣੇ ਖਾਣ ਦਾ ਨਾਲ ਬਹਾਨਾ ਹੁੰਦਾ ਉਹਦਾ, ਨਾਲੇ ਭਾਜੀ ਹੋਣੀ ਵੀ ਖੁਸ਼ ਹੋ ਕੇ ਖਾ ਲੈਣਗੇ। ਤੇ ਚਲੋ ਕੋਈ ਨਹੀਂ, ਉਹਨੂੰ ਉੱਥੇ ਟਾਈਮ ਲੱਗ ਜਾਣਾ, ਉਹ ਕਹਿੰਦੇ ਆ ਕੇ ਲਿਆਓ ਤੇ ਉਦੋਂ ਫੇਰ ਪੀ ਲਾਂਗੇ। ਆਹੋ ਕਹਿੰਦੇ ਬਣ ਜੂਗੀ, ਉਹਨੇ ਬਣ ਜੂ ਗਿਆ ਨਹੀਂ ਪਰ ਦੋਰੇ ਬਣਾ ਲਾਂਗੇ ਕੋਈ ਚੱਕਰ ਨਹੀਂ। ਹਾਂ ਵੀ ਉਦਾਂ ਲੈ ਆਓ ਕੋਈ ਨਹੀਂ, ਆਜੋ ਠੀਕ ਆ, ਨਹੀਂ ਆਜੋ ਫਿਰ ਦੋਰੇ ਬਣਾ ਕੇ ਫੇਰ ਪੀ ਲਾਂਗੇ। ਜਿਹੜੀ ਗੱਲ ਮਾੜੀ ਗੱਲ ਆ। ਹਾਂ ਮੀਂਹ ਤੇ ਪੈਣ ਡੇ ਠੰਡਾ। ਹੋਰ ਕਿੱਦਾਂ ਤੁਹਾਡਾ? ਉਹ ਛੱਡ ਦੇ ਉਹ ਤਾਂ ਮੁੜਿਆ ਨਹੀਂ ਅਜੇ। ਲੈ ਮਾਮੂ ਚੱਲ ਜਰਾ ਸਿੰਪਲ ਪੀਓ, ਜਦੋਂ ਆਊਗਾ ਫਿਰ ਉਹ ਫੇਰ ਖਾ ਲਾਂਗੇ ਕੋਈ ਨਹੀਂ। ਖੜ ਮੁੜਿਆ ਤੂੰ ਤੇ ਪਰ ਭਰਾਵਾ ਆ ਫੜਾ ਦੇ ਸਾਰਿਆਂ ਨੂੰ, ਕਹਿੰਦਾ ਮੈਂ ਉਹ ਲੈ ਆਉਂ। ਹਾਂਜੀ ਚਲੋ ਮੁੜਿਓ ਫੜੋ। ਆ ਠੀਕ ਸੀ ਆਪਾਂ ਫੜ ਮੁੜਿਆ। ਮਾਸੀ ਪੁੱਤੋ ਅੱਧੀ ਵੱਢ ਲਈ ਆ, ਅੱਧੀ ਮੀਂਹ ਦਾ ਕਰਕੇ ਆ ਹੁਣ ਕੰਮ ਰੁਕ ਗਿਆ ਵਾ, ਨਾ ਤੂੜੀ ਬਣਨੀ ਆ ਨਾ ਹੀ ਫਿਰ ਜਾਣੀ ਆ। ਮਸ਼ੀਨਾਂ ਚੱਲਣ ਨੀ ਡਈਆਂ, ਮੀਂਹ ਪੈ ਗਿਆ ਤੈਨੂੰ ਪਤਾ ਕੱਲ ਕਿੰਨਾ ਮੀਂਹ ਪਿਆ, ਉਹਦਾ ਕਰਕੇ ਮੈਂ ਚੱਲ ਨਾਲੇ ਹੋ ਆਈ ਫੋਨ ਗਿਆ ਮਾਮੀ ਦਾ। ਨਹੀਂ
ਮੇਰੀ ਗੱਲ ਸੁਣ ਤੂੰ ਲੇਟ ਹੀ ਬੜਾ ਹੋ ਗਿਆ ਉਹ ਪੀੜ ਬੜੀ ਹੀ ਉੱਤੇ ਕਹਿੰਦਾ ਚਾਹ ਪੀ ਮੈਂ ਭੂਆ ਨੂੰ ਕਿਹਾ ਚਾਹ ਤੂੰ ਪੀ ਤਾਂ ਲੋੜ ਫਿਰ ਤੋਂ ਬਣਾ ਦੋ ਪੀੜ ਬੜੀ ਭਾਜੀ ਹੁਣੀ ਉੱਧਰ ਡਰਾਈਵ ਰੂਮ ਚ ਹਾਂ ਉੱਥੇ ਹੀ ਆ ਚੱਲ ਮੈਂ ਵੀ ਉੱਥੇ ਚੱਲਾਂ ਉੱਥੇ ਬਹਿ ਜਾ ਚੱਲ ਮੈਂ ਪੜਾਉਣੀ ਫਿਰ ਮੈਂ ਕਰ ਲਾ ਉੱਧਰ ਕੰਮ ਵਾ ਫੜਾ ਫੜੂ ਦਵਾਂ ਨੇ ਆਣਿਆਂ ਨੂੰ ਪੂਰਾ ਹੁਣ ਲਿਆਂਦਾ ਸਮਾਨ ਉਹਨੇ ਕਰੋ ਤੁਸੀਂ ਗੱਲ ਪਤਾ ਪੈ ਜਾ ਲੰਮੇ ਦੀ ਪੈ ਉਹ ਤੇ ਥੱਕ ਜਾਣਾ ਵਾ ਤੇ ਪਰੌਣੇ ਸੱਦ ਕੇ ਪਾਇਆ ਪਰੌਣਿਆਂ ਨੂੰ ਫਾਰਾ ਸੱਦ ਕੇ ਸੁੱਖੀ ਸੰਦੀ ਕੋਈ ਨਹੀਂ ਪੈ ਜਾ ਲੰਮੇ ਦੀ ਪੈਰ ਪੜ ਹਾਂ ਹਾਂ ਕੋਈ ਨਹੀਂ ਹਾਂ ਛੱਡ ਕੇ ਇੰਨੇ ਇੰਨੇ ਦਿਨ ਗੁਜ਼ਾਰਾ ਨਹੀਂ ਹੁੰਦਾ ਪਰ ਮੈਂ ਨਹੀਂ ਮਹਾਰਾਜ ਕਿਤੇ ਭਲੀ ਭੁੱਖ ਦੀ ਸਾਨੂੰ ਬਾਬੇ ਨੇ ਦੇ ਦਿੱਤੀ ਆ ਫੁੱਲ ਕੀਤੇ ਹੈਗੇ ਅਸੀਂ ਆਹੋ ਏਦਾਂ ਦੀਆਂ ਭਰਾਈਆਂ ਦੇ ਰੱਬ ਸਾਰਿਆਂ ਨੂੰ ਦਵੇ ਇੰਨੀ ਚੰਗੀ ਸਾਡੀ ਭਰਜਾਈ ਕਿਤੇ ਠੰਡ ਪੈ ਜਾਂਦੀ ਮਿਲ ਕੇ ਮਾਵਾਂ ਵਰਗਾ ਹੀ ਪਿਆਰ ਮਿਲ ਜਾਂਦਾ ਜਦੋਂ ਆ ਜਾਂਦਾ ਮਿਲ ਜਾਂਦਾ ਨਹੀਂ ਤੇ ਲੋਕੀ ਤੋਂ ਉਹੀ ਨੀ ਪੁੱਛਦੀਆਂ ਨਾ ਨਾ ਕਿੱਥੇ ਪੁੱਛਦਾ ਕੋਈ ਲੋਕੀ ਤੋਂ ਉਹੀ ਨੀ ਪੁੱਛਦੇ ਕਦੀ ਏਦਾਂ ਮਹਿਸੂਸ ਹੀ ਨਹੀਂ ਹੋਇਆ ਕਿ ਸਾਡਾ ਮਾਂ ਪਿਓ ਹੈ ਨੀਗਾ ਲੋਕੀ ਆ ਦਿੰਦੀਆਂ ਵੇਖ ਕੇ ਵੀ ਆਇਆ ਨੂੰ ਵੀ ਇਹ ਕਿੱਧਰ ਆ ਗਈਆਂ ਕਿੱਧਰ ਆ ਗਈਆਂ ਕਦੀ ਮੱਥੇ ਵੱਟ ਨਹੀਂ ਪਾਇਆ ਏਡਾ ਕਿਤੇ ਰੱਬ ਨੇ ਚੰਗਾ ਸੁਭਾਅ ਦਿੱਤਾ ਵਾ ਆਹੋ ਯਾਰ ਉਹ ਫਿਰ ਤੈਨੂੰ ਪਤਾ ਮੈਂ ਵੀ ਚੱਲ ਜਾਣਾ ਨਿੱਕੇ ਨੂੰ ਇਕੱਲੇ ਕਿਉਂਕਿ ਹੋਣਾ ਡੈਡੀ ਬਾਹਰ ਵਾ ਫਿਰ ਦੇਣੀ ਪਈ ਠੇਕੇ 'ਤੇ ਵਧੀਆ ਵਾ ਯਾਰ ਠੇਕੇ 'ਤੇ ਸਗੋਂ ਫਿਰ ਹੁਣ ਕੀ ਕਰਨਾ ਵਾ ਇਕੱਲੇ ਬੰਦੇ ਦੇ ਹੱਥ ਵਸ ਨਹੀਂ ਆ ਸਾਨੂੰ ਤਾਂ ਆਪ ਹੀ ਸਾਂਭਣੀ ਸੁੰਭਣੀ ਪੈਂਦੀ ਸਾਰੀ ਉਹਦਾ ਮਜ਼ਾ ਵੀ ਵੱਖਰਾ ਹੀ ਆ ਨਾ ਆਪ ਸਾਂਭਣ ਦਾ ਆਹੋ ਫਿਰ ਸਰਦਾਰੀ ਜੀ ਸਰਦਾਰੀ ਜੀ ਆਹੋ ਨਹੀਂ ਕੋਈ ਨਹੀਂ ਆਪਾਂ ਵੀ ਕਰਦੇ ਹਾਂ ਕੋਈ ਹੱਲ ਇਰਾਦਾ ਯਾਰ ਕਿ ਡੈਡੀ ਨਾਲ ਗੱਲ ਕਰਕੇ ਟਰੈਕਟਰ ਟਰੂਟਰ ਲੈਂਦੇ ਹਾਂ ਆਪ ਹੀ ਕਰਾਂਗੇ ਇਸ ਵਾਰ ਤੇ ਆਹੋ ਤੁਸੀਂ ਆਪ ਕਰ ਲਓ ਦੋਵੇਂ ਜਾਣੇ ਇੱਥੇ ਵਿਹਲੇ ਹੀ ਆ ਆ ਨਹੀਂ ਉਹ ਨਿੱਕਾ ਸੀ ਨਾ ਉਹਦਾ ਕਰਕੇ ਫਿਰ ਮੈਂ ਚਲ ਜਾਂਦਾ ਸੀ ਕਰੀ ਪਹਿਲਾਂ ਕਾਲਜ ਦੇ ਫਿਰ ਹੁਣ ਇਦਾਂ ਹੀ ਯਾਰਾਂ ਦੋਸਤ ਆ ਜੀ ਤਾਂ ਕਰਕੇ ਫਿਰ ਆਪ ਵਾਈ ਕਰਨ ਦਾ ਵੱਖਰਾ ਨਜ਼ਾਰਾ ਆਦਾ ਬਾਕੀ ਉਹਦਾ ਮਜ਼ਾ ਨਾਲੇ ਕਰਦੇ ਟਰੈਕਟਰ ਟੂਟਰ ਤੇ ਨਹੀਂ ਮਾਸੀ ਪੁੱਤਾ ਵਧੀਆ ਗੱਲ ਮਾਸੀ ਪੁੱਤਾ ਇਹ ਕਣਕ ਹੀ ਖਾਈ ਜਾਂਦਾ ਉਹ ਕਣਕ 'ਚ ਹੀ ਰਹਿੰਦਾ ਉੱਥੇ ਤੇ ਜੱਟਾਂ ਨੇ ਕਣਕ 'ਚ ਹੀ ਰਹਿਣਾ ਝੋਨੇ 'ਚ ਤੇ ਕਦੀ ਕਣਕ 'ਚ ਹੋਰ ਗਿਆ ਤੇ ਰਹਿਣਾ ਕੰਡ ਖਾਧੀ ਕਿ ਖੰਡ ਖਾਧੀ ਆ ਸਿਆਣੇ ਇਹ ਬੜੀ ਕਹਿੰਦੇ ਹੁੰਦੇ ਨਾ ਇਹ ਕੰਡ ਨਹੀਂ ਇਹ ਖੰਡ ਹੋਇਆ ਆਹੋ ਚੱਲ ਆ ਜਾਓ ਚੱਲੀ ਜਾਣ ਘਰ ਨੂੰ ਬੜਾ ਟਾਈਮ ਹੋ ਗਿਆ ਭਾਬੀ ਰੋਟੀ ਤੇ ਬੜੀ ਸਵਾਦ ਬਣਾਈ ਤੁਸੀਂ ਹੈ ਚਲੋ ਤੁਹਾਨੂੰ ਸਵਾਦ ਲੱਗੀ ਵਧੀਆ ਬਣੀ ਆ ਹਾਂ ਬਹੁਤ ਵਧੀਆ ਬਣੀ ਤੇ ਚਲੋ ਲੰਮੇ ਪਈਏ ਹੁਣ ਕੇ ਹਨੇਰਾ ਵਾਵਾ ਹੋ ਗਿਆ ਅੱਛਾ ਹਾਂ ਉਹ ਬਸ ਮੇਰੇ ਟਾਈਮ ਨਾਲ ਜਾਵਾਂਗੇ ਘਰ ਨੂੰ ਆਹੋ ਕੰਮ ਤਾਂ ਦੱਸਦਾ ਹੀ ਚਲੋ ਫਿਰ ਨਹੀਂ ਪੈ ਹੀ ਜਾਣਾ ਹਾਂ ਨਹੀਂ ਆ ਜਾਓ ਭਾਈ ਨਹੀਂ ਅੰਦਰ ਬੈਠ ਕੇ ਕਰਦੇ ਗੱਲਾਂ ਉਹ ਚੱਲ ਬੈਠ ਤੇ ਤੁਸੀਂ ਚੱਲ ਜਾਓ ਫਿਰ ਮੁੰਡੇ ਉਹ ਲਾਸਟ ਵਾਲੇ ਰੂਮ 'ਚ ਜਵਿੰਦਰ ਇਹਨਾਂ ਖਰਚਾ ਕਰਿਆ ਕਰੋ ਤੁਸੀਂ ਨਹੀਂ ਤੇ ਤੂੰ ਹਰ ਵਾਰ 10 ਲੀੜੇ ਜ਼ਰੂਰੀ ਹੁੰਦੇ ਹੈਗੇ ਹੈਂ ਇੰਨਾ ਹੀ ਬੜਾ ਤੁਹਾਨਾ ਹੱਸ ਕੇ ਕੁੰਨੀ ਹੈ ਨਾ ਸਾਨੂੰ ਇੰਨੇ ਨਾਲ ਠੰਡ ਪੈ ਜਾਂਦੀ ਹੈ ਲੈ ਹੈ 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 ਦੱਸ ਪੱਟ ਦੀਆਂ ਤਾਰਾਂ ਹੁਣ ਬਹੁਤ ਸੋਹਣੇ ਪਰ ਇੰਨੀ ਖੇਚਲ ਨਾ ਕਰਿਆਗਾ ਤੁਹਾਨੂੰ ਕੋਈ ਨਹੀਂ ਆ ਕੋਈ ਨਹੀਂ ਮੈਂ ਜੀ ਤੁਹਾਡੇ ਪੈਰਾਂ ਪਿੱਛੇ ਰੱਬ ਦੇਣ ਦਿਆ ਕੋਈ ਗੱਲ ਨਹੀਂ ਹੈ ਇੰਨਾ ਤੇ ਕੋਈ ਕੋਈ ਸੋਚਦਾ ਵਾ ਧੀਆਂ ਨੂੰ ਧੀਆਂ ਨਾਲ ਪੈਰਾਂ ਪਿੱਛੇ ਦਿੰਦਾ ਵਾ ਰੱਬ ਮੈਂ ਕਹੋ ਰੱਬ ਦੇ ਨੂੰ ਮੁਕਤਾ ਦੇਵੇ ਮਹਾਰਾਜ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਸਾਡੇ ਭਰਾ ਦੀਆਂ ਇੰਨਾ ਸਾਡਾ ਵਰਤਦੇ ਜੇ ਤਾਂ ਵੀ ਆ ਬਸ ਚੰਗਾ ਮੰਮੀ ਜੀ ਚੱਲਦੇ ਚਲੋ ਵੀ
निके।